ਸੁਖਪਾਲ ਸਿੰਘ ਖਹਿਰਾ ਬਾਰੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਉਹਨਾਂ ਵਿੱਚ ਆਕੜ ਬਹੁਤ ਹੈ ਅਤੇ ਉਹ ਬਹੁਤ ਗੁੱਸੇ 'ਚ ਰਹਿੰਦੇ ਨੇ। ਹੁਣ ਸੁਖਪਾਲ ਖਹਿਰਾ ਨੇ ਆਪਣੇ ਉੱਤੇ ਲੱਗਣ ਵਾਲੇ ਇਹਨਾਂ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਖਹਿਰਾ ਤਰਨ ਤਾਰਨ 'ਚ ਪੰਜਾਬੀ ਏਕਤਾ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਆਪਣੇ ਗੁੱਸੇ ਦਾ ਕਾਰਨ ਦੱਸਿਆ। ਕੀ ਕਹਿਣਾ ਸੀ ਖਹਿਰਾ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਪਤਾ ਨਹੀਂ ਜੀ, ਹੁਣ ਲੋਕ ਕਹਿੰਦੇ ਨੇ ਕਿ ਕਹਿੰਦੇ ਹੁੰਦੇ ਕਿ ਥੋੜ੍ਹਾ ਜ਼ਿਆਦਾ ਸਖਤੀ ਰੱਖਦਾ ਆਪਣੇ ਸੁਭਾਅ ਦੀ, ਅਤੇ ਮੇਰੇ ਸੁਭਾਅ 'ਚ ਸਖਤੀ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਨਜ਼ਰ ਆਈ ਆ। ਮੈਂ ਚੰਦ ਦਿਨ ਪਹਿਲਾਂ ਧਰੰਗ ਵਾਲਾ ਪਿੰਡ ਗਿਆ, ਫਾਜ਼ਿਲਕਾ, ਬੱਚੇ ਅਪਾਹਜ ਪੈਦਾ ਹੋ ਰਹੇ ਨੇ, ਸਾਡੇ ਟੇਲ ਐਂਡਸ 'ਤੇ ਬੈਠੇ ਕਿਸਾਨ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ। ਮੈਂ ਕਿਸਾਨ ਜਿਹੜੇ ਆਤਮ ਹੱਤਿਆ ਕਰਦੇ ਉਹਨਾਂ ਦੇ ਘਰਾਂ ਵਿੱਚ ਜਾਂਦਾ, ਉਹਨਾਂ ਦੇ ਘਰਾਂ 'ਚ ਕੁੱਪ, ਹਨੇਰਾ, ਕੈਂਸਰ ਦੀ ਬਿਮਾਰੀ। ਜਦੋਂ ਇਹਨਾਂ ਸਾਰੇ ਹਾਲਾਤਾਂ ਨੂੰ ਦੇਖਦਾ ਤਾਂ ਮੈਨੂੰ ਕੀ ਕਹਿੰਦੇ ਹੁੰਦੇ ਆ ਕਿ ਮੈਨੂੰ ਸੁਭਾਵਿਕ ਹੈ ਕਿ ਗੁੱਸਾ ਚੜ੍ਹਦਾ ਵਾ ਕਿ ਸਾਡੇ ਆਗੂਆਂ ਨੇ ਐਡਾ ਵੱਡਾ ਧੋਖਾ ਕੀਤਾ ਲੋਕਾਂ ਦੇ ਨਾਲ। ਆਪ ਹਜ਼ਾਰਾਂ ਕਰੋੜਾਂ ਦੇ ਮਾਲਕ ਨੇ,